ਬਸ ਦੁਆ ਕੀਤੀ ਕਰ ਜਦੋਂ ਭਿਰਾ ਨਾ ਹੋਵਣ ਬਤ ਜ਼ਮਾਨੇ 'ਤੇ ਉਹ ਭੈਣ ਨਾ ਹੋਵੇ। ਬੜੀ ਔਖੀ ਮੰਜ਼ਲ ਭੈਣ ਕਾਣ ਜ਼ਮਾਨਾ ਹੀ ਹੋਵੇ ਜੀਂਦੀ ਵੀ ਹੋਵੇ ਅਤੇ ਬਤ ਭਿਰਾ ਨਾ ਹੋਵੇ। ਮੈਨੂੰ ਬਸ ਪੂਰੀ ਹੋ ਗਈ ਮਜਲਿਸ, ਇਤਨਾ ਹੀ ਮੈਂ ਪੜ੍ਹਨਾ। ਬੜੀ ਔਖੀ ਜ਼ਿੰਦਗੀ ਹੈ ਜ਼ਮਾਨੇ 'ਤੇ ਮਸਤੂਰ ਦੀ, ਜੀਂਦੀ ਵੀ ਹੋਵੇ ਅਤੇ ਭਿਰਾ ਨਾ ਹੋਵੇ। ਕਦੀ ਗੌਰ ਨਾਲ ਵੇਖੇ ਜਿੱਦਾਂ ਦੋ ਭੈਣ ਭਿਰਾ ਮਿਲਦੇ ਪਿਓ ਮੰਨਾਂ ਤੇ ਜਿਸ 'ਤੇ ਭਿਰਾ ਕੋਈ ਨਾ ਹੋਵੇ, ਉਹਨੂੰ ਗੌਰ ਨਾਲ ਵੇਖੇ ਉਹ ਤਵੱਜੋ ਕਿਵੇਂ ਕਰੇਂਦੀ ਹੈ, ਹਸਰਤ ਨਾਲ ਵੇਖਦੀ ਹੈ। ਬਸ ਜ਼ਮਾਨੇ 'ਤੇ ਜਿਤਨੇ ਜ਼ਮਾਨੇ ਹੀ ਵਧੇ ਗੁਜ਼ਰੇ ਨੇ, ਦੁਨੀਆਂ 'ਤੇ ਭੈਣ ਦੇ ਕਾਨੂੰਨ ਹੈ ਸਾਵਰੇ, ਜਿਹੜੇ ਹੀ ਅਮੀਰ ਹੋਵਣ ਭਿਰਾ ਜੀਂਦੇ ਹੋਣ ਤਾਂ ਵਸੀਅਤ ਕਰੇਂਦੀ ਹੈ ਮੈਨੂੰ ਕਫਨ ਦੀ ਵਿਆਹ 'ਚ ਜੀਂਦੀ ਅਮਦ ਉਹਨਾਂ ਦੀ ਨੌਕਰੀ ਕਰਦੇ ਗੁਜ਼ਾਰੀਏ, ਕਫਨ ਪੇਕਾ ਹੋਵੇ। ਮਈਅਤ ਮੰਗਿਆ ਹੈ ਚਾ ਜੇ ਕੋਈ ਦੇਵੇ ਚਾ, ਤਾਂ ਵਤਨ 'ਤੇ ਲਈ ਬਣਿਆ ਹੈ ਕੋਸ਼ਿਸ਼ ਕਰਿਆ ਹੈ, ਜੇ ਮੇਰੇ ਪੁੱਤਰ ਨਾ ਦੇਵੇ ਨਾ ਤਾਂ ਜੰਗ ਨਾ ਮਰਿਆ ਹੈ। ਸਮਝ ਨਹੀਂ ਲੱਗਦੀ ਭਿਰਾਵਾਂ ਨੂੰ ਆਦੀ ਹੈ ਮਈਅਤ ਮੰਗ ਲਵਿਆ ਹੈ, ਇੱਕ ਮਈਅਤ ਸ਼ਾਮ ਵਿੱਚ ਆਈ ਜਿਹੜੀ ਆਦੀ ਆਈ ਮੈਨੂੰ ਵਤਨ 'ਤੇ ਲਾਇ ਬਈ ਨਾ। ਤੈਨੂੰ ਕਹਿ ਆਖਿਆ ਏ ਭੈਣ ਸ਼ਾਮ ਚ ਛੋੜੀ ਬਣ ਮੈਨੂੰ ਪਤਾ ਨੀ ਜਿਹੜੇ ਬੰਦੇ ਜ਼ਾਕਰੀ ਸੁਣਦੇ ਹੋ ਸਿਰ ਚਚਾਓ ਮੇਰਾ ਵਤਨ ਹੈ, ਘੰਟੇ ਨਹੀਂ ਪੜੀਂਦੇ ਇੱਕ ਲਾਈਨ ਤੇ ਤੇਰੀ ਹਾਂਜਸ਼ਾਲਾ ਉਹ ਆਵੇ ਜਿਹੜੀ ਬਤੂਲ ਨੂੰ ਲੋੜ ਆ ਬੰਨੇ ਉਸ ਵੇਲੇ ਛੋੜਦੇ ਸਾਂ। ਮਨਵਾਵਣ ਨਹੀਂ ਆਇਆ, ਸਾਰੇ ਇੱਜ਼ਤਦਾਰ ਮੇਰੇ ਬਾਅਦ ਤਸ਼ਰੀਫ ਫਰਮਾਏ, ਇਹਨਾਂ ਦੇ ਕਦਮਾਂ 'ਤੇ ਹੱਥ ਲਾਇਆ ਬੰਦੇ ਇੱਜ਼ਤਦਾਰ ਹੋ ਬੈਂਦੇ। ਮੈਂ ਇਹਨਾਂ ਦੇ ਕਦਮ ਚੁੰਮਣ ਵਾਲਾ, ਇਹਨਾਂ ਦੇ ਪੈਰਾਂ ਦੀ ਖਾਕ ਮੈਨੂੰ ਨੂਰ ਲੱਗਦਾ, ਉਹਨਾਂ ਨੂੰ ਇੱਕ ਲਾਈਨ ਆਖ ਲਵਾਂ। ਦੁਨੀਆਂ 'ਤੇ ਬਹਿਣ ਦੀ ਹਸਰਤ ਮਰਦੀ ਨਹੀਂ, ਆਖਰੀ ਸਾਂ ਤਿਆ ਦੀ ਕਫਨ ਤਦਵਿਆ। ਮਤ ਸੁਣ ਲਓ ਕਿਆ ਕਿਹਾ, ਆਖਰੀ ਸਾਂ ਤਾਈਆਂ ਦੀ ਏ ਕਫਨ ਦਿਵੈ। ਦੁਨੀਆਂ 'ਤੇ ਇੱਕ ਭੈਣ ਗੁਜ਼ਰੀ ਏ ਇੱਕ ਕੈਦੀ ਭਿਰਾ ਦੀ, ਜਿਹੜੀ ਬੇਕਫਨ ਹੋ ਕੇ ਭਿਰਾ 'ਤੇ ਰਾਜ਼ੀ ਗਈ ਏ। ਭਿਰਾ ਨੂੰ ਆਦੀ ਆਈ ਇੱਕ ਚੀਜ਼ ਲਈ ਵਹਿਨੀਆਂ, ਇੱਕ ਚੀਜ਼ ਤੈਨੂੰ ਛੋੜੀ ਵਹਿਨੀਆਂ। ਹਾਂ ਭੈਣ, ਲਈ ਕੇ ਛਵੇ ਨਹੀਂ ਤੇ ਛੋੜੀ ਕੇ ਛਵੇ ਨਹੀਂ, ਰੋ ਕੇ ਆਦੀ ਏ ਕਫਨ ਛੋੜੀ ਵਹਿੰਦੀਆਂ, ਜ਼ੰਜੀਰ ਲਈ ਵਹਿੰਦੀ। ਤੂੰ ਥੱਕ ਵੈਸੇ ਮੈਨੂੰ ਤੱਕ ਲਜੁਮ ਲਈ ਨਹੀਂ ਆਵਣਾ, ਮੈਂ ਨੌਕਰ ਆ ਬਾਬਾ, ਮੈਂ ਲੱਖ ਵਰੀ ਆਖ ਜ਼ੰਜੀਰ ਲਈ ਵਹਿੰਦੀਆਂ ਕਫਨ ਚ। ਦੁਆ ਗੋ ਹਾਂ ਬਸ ਇੱਥੇ ਹੀ, ਪੰਜ ਤੋਂ ਸੱਤ ਪਿੰਡ ਦੇ ਵਹਿਣ ਜ਼ਾਕਰ, ਜਿਹੜੇ ਜ਼ਾਕਰ ਕੋਲ ਆਉਂਦੇ ਨਾ ਉਹ ਇਸ ਵਾਸਤੇ ਨਹੀਂ ਆਉਂਦੇ ਮੈਨੂੰ ਬਖਤ ਲੱਗ ਵੰਜੇ, ਮੈਂ ਨਾਮਵਰ ਹੋ ਵੰਜਾਂ। ਜ਼ਾਕਰ ਦੀ ਨਹੀਂ ਬਤੂਲ ਦੀ ਧੀ ਦੀ ਫੂੜੀ ਸਮਝ ਕੇ ਰਲ ਤੇ ਆ ਵੈਂਦੇ ਨੇ, ਮਤਲਬ ਮੇਰੇ ਜੁਮਲੇ 'ਤੇ ਪਰਦੇ ਝਾਦੀ ਬੈਠੀ ਹੋਵੇ, ਮੈਂ ਫੂੜੀ ਵਾਲੇ 'ਤੇ ਹੀ ਰਾਜ਼ੀ ਹਾਂ, ਸੁਣਨ ਵਾਲੇ 'ਤੇ ਰਾਜ਼ੀ ਹਾਂ। ਮੈਂ ਹੱਥ ਜੋੜੀ ਖਲਾਂ ਮੈਨੂੰ ਮਾਫ਼ੀ ਦੇਵੇਂ, ਮੈਂ ਕੋਈ ਗਲਤ ਲਫ਼ਜ਼ ਆ ਖਲੋਵਾਂ ਖਾਕੀ ਬੰਦਾ, ਮੈਂ ਇੱਕ ਤੇਰੀ ਮਿੰਨਤ ਕਰੇ ਨਾ, ਜਿਹੜੀ ਜ਼ਿੰਦਗੀ ਹੈ ਨਾ ਸਹੀਦਾਂ ਦੇ ਗਮ ਵਿੱਚ ਰੋਂਦੇ ਆ, ਇੰਝ ਮੂੰਹ 'ਤੇ ਕੱਪੜਾ ਨਾ ਦੇਵੇਂ। ਵਿੱਚ ਬੈਠਣ ਬੰਦੇ ਜਿਹੜੇ ਮੂੰਹ 'ਤੇ ਇੰਝ ਕੱਪੜਾ ਲਾ ਕੇ ਬੈਠਣ, ਮੂੰਹ ਪਰਾਏ ਮਈਅਤ 'ਤੇ ਬੰਦਾ ਲੁਕਾਈਂਦਾ। ਕਦੀ ਕਈ ਭੈਣ ਜਿੱਠੀ ਹੀ ਫਿਰਾ ਦੇ ਮਈਅਤ 'ਤੇ ਮੂੰਹ ਕੱਜ ਕੇ ਰੋਵੇ, ਕੋਈ ਵਿਰਾ ਡਿੱਠਾ ਹੀ ਜਿਹੜਾ ਭੈਣ ਦੇ ਮਈਅਤ 'ਤੇ ਆਵੇ ਤੇ ਮੂੰਹ ਲੁਕਾ ਕੇ ਖਲਾ ਰੋ ਲੋਵੇ। ਤੂੰ ਹੁਸੈਨ ਜੇ ਆਪਣਾ ਹੈ ਤਾਂ ਮੂੰਹ ਕੱਜ ਕੇ ਨਾ ਆਇਆ ਕਰ, ਮਤਲਬ ਪਰਦੇ ਦੇ ਆਦੀ ਬੈਠੀ ਹੋਵੇ ਤੇਰਾ ਕੁਝ ਨਾ ਹੀ ਲੱਗਦਾ ਤਾਂ ਲੁਕਾਈ ਬੰਦਾ। ਮੈਂ ਬਸ ਛੁੜਿਆਂਦਾ, ਸਮਝ ਨਹੀਂ ਲੱਗਦੀ ਬੰਦੇ ਆਉਂਦੇ ਤਾਂ ਮਜਲਿਸ ਦਿਨ ਟੁਰ ਤੇ ਆਉਂਦੇ ਬਸ ਟੋਲੇ ਬਣਾ ਖਲੋਂਦੇ ਨੇ। ਮੈਂ ਬੜਾ ਡਰਨਾ ਟੋਲਿਆਂ 'ਤੇ, ਮੇਰੀ ਕੋਸ਼ਿਸ਼ ਹੁੰਦੀ ਮੈਂ ਮੋਮਨਾਂ ਨੂੰ ਆਉਣਾ ਟੋਲੇ 'ਤੇ ਛੱਤੇ ਨਾ ਬਣਾ ਖਲੇ ਕਰ,
ਇਹਨਾਂ ਅਲੀ ਦੀ ਧੀ ਨੂੰ ਬਹੁ ਰੁਆ ਜਿਹੜੇ ਹੱਸਦੇ ਆ ਨੱਤ ਗੱਜਦੇ ਆ ਉਹ ਜਿਹੜੀ ਟੁਰ ਨਹੀਂ ਪਈ ਸਕਦੀ ਇਹ ਬਾਗੀ ਦੀ ਭੈਣ ਜ਼ਮੀਨ ਦੇ ਰਵੇ ਕੇ ਆਦੀ ਆਈ ਮੁੱਕ ਜੁਗ ਹੈ ਬਰਜਾਈਆਂ ਨੂੰ ਆਦੀ ਆਈ ਉਹ ਤਨ ਵਿਖਿਆ ਹੈ ਜਿਹੜੇ ਵਿਰਾ ਮੁੱਕ ਵੰਜਨ ਕਾਤਿਲ ਮੁੱਕ ਵੰਜਨ ਕਾਤਿਲ ਦੀ ਮਰਜ਼ੀ ਜਿੱਥੇ ਖਲਾਰੇ ਰੁਕ ਰਾਜਰੁਨੀਆ ਸੈਣੀ ਨਾਨਕੀ ਨਗਰੀ ਛੁੜੇ ਗੰਟੇ ਵਾਲੀ ਜ਼ਾਕਰੀ ਨਾ ਜਲਸਿਆਂ ਦੇ ਘੰਟੇ ਨਹੀਂ ਬਣੀ ਦੇ ਚਾਰ ਦੁੱਖ ਸੁਣ ਲਏ ਉਹਨੇ ਕਾਫੀ ਹਨ ਹਾਏ ਦੀਆਂ ਲੁਕਾਈ ਰੱਖੇ ਭੈਣਾਂ ਨੂੰ ਬੁਰਕਾ ਦੇ ਕੇ ਕੱਜ ਕੇ ਦੇਵੇ ਦੀ ਤੇ ਭੈਣ ਦੋ ਇਜ਼ਤਾਨ ਜਿਨ੍ਹਾਂ ਨੂੰ ਏਡਾ ਓਹਲਾ ਦੇਵੇ ਸੁਣਾ ਨਾਲੇ ਨੂੰ ਪਤਾ ਲੱਗੇ ਗੈਰਤਮੰਦ ਜਿਹੜੇ ਜਿਹੜੇ ਬੰਦੇ ਪਰਦੇਦਾਰ ਇਹਨਾਂ ਨੂੰ ਪਤਾ ਲੱਗਦਾ ਹੈ ਮੈਂ ਕਿਹੜਾ ਇੱਜ਼ਤਦਾਰ ਹਾਂ ਪੁੱਤ ਨੂੰ ਮਰਨ ਝੂਠ ਬੋਲਾਂ ਧੀ ਨੂੰ ਬੁਰਕਾ ਦੇਵਣਾ ਲਈ ਇੱਜ਼ਤਦਾਰ ਕਦਾਂ ਹੀ ਸੋਚੇ ਜਿਹੜੇ ਵਿਹੜੇ ਚ ਪੁੱਤ ਨੂੰ ਬੁਰਕੀਆਂ ਲਿਆਵੇਂ ਉਹ ਵਿਹੜੇ ਦੇ ਪਰਦੇਦਾਰ ਕਿਹੜੇ ਪਰਦੇਦਾਰ ਉਹ ਸੈਨ ਜਿਹੜੀਆਂ ਦੀ ਖੜੀ ਹੋਵੇ ਵੇਖਬਰ ਨੁਕਾ ਬਟਾ ਮੈਂ ਵੇਖਾ ਲਾ ਦੀ ਕਿਵੇਂ ਬੋਲੇ ਮੈਨੂੰ ਵੇਖਣ ਲਾਦੀ ਕਿਵੇਂ ਪਈ ਮੈਂ ਪਹਿਲੀ ਲੈਣ ਆਖੀਏ ਸ਼ਾਲਾ ਭੈਣ ਨਾ ਹੋਵੇ ਜਈਦਾ ਫਿਰਾ ਨਾ ਹੋਵੇ ਤੇ ਜਈਦੇ ਅੱਠਾ ਨਾ ਕੁਸ ਗਏ ਸਮੰਦ ਵਾਣੇ ਆਲਾ ਇੱਕ ਔਖੀ ਗੱਲ ਕਰੇਂਦਾ ਅਗਰ ਸਮਝ ਆ ਗਈ ਤਾਂ ਮੈਂ ਮਜਲੇ ਛੋੜ ਦੇ ਸਾਂ ਸਮਝ ਨਾ ਆਈ ਤਾਂ ਵੀ ਛੋੜ ਦੇ ਸਾਂ ਦਿਲ ਇਸ ਤੋਂ ਅੱਗਾ ਪੜ੍ਹਨਾ ਹੀ ਨਹੀਂ ਚਾਹੀਦਾ ਇਤਨੇ ਬੰਦੇ ਜੁਆ ਬੈਠੇ ਨੂੰ ਵੰਜ ਰੋਵੀਏ ਮੈਂ ਤੈਨੂੰ ਇੱਕ ਪੈਗਾਮ ਦੇਣਾ ਤੇਰਾ ਦਿਲ ਹੋਵੇ ਜੇ ਤੂੰ ਧੀ ਵੇਖੇ ਤਾਂ ਰੋਵੇਂ ਤੇਰਾ ਦਿਲ ਹੋਵੇ ਮੈਂ ਭੈਣ ਵੇਖਾਂ ਤਾਂ ਰੋਵਾਂ ਮੈਂ ਘਰ ਤਾਂ ਹੀ ਬਹਿ ਬਹਿ ਕੇ ਟੁਰਾਂ ਵੱਧ ਮੇਰਾ ਸਬਕ ਲੈ ਲੈ ਮਜਰੂ ਪੁੱਛ ਸੰਬੰਧ ਵਾਣੇ ਵਾਲੇ ਆਲੀ ਦੀਆਂ ਥੋੜੀਆਂ ਔਖੀਆਂ ਖੇਡੀਆਂ ਹਨ ਔਖੀਆਂ ਵੇਖਣੀਆਂ ਨੀ ਤਾਂ ਆਪਣੀ ਧੀ ਨੂੰ ਆਖੇ ਸਿਰ ਦੀ ਚਾਦਰ ਨਾਲ ਆਪਣੇ ਹੱਥ ਬੰਨ ਲੈ ਦੂਰ ਖਲੋ ਕੇ ਆਖੇ ਮੈਨੂੰ ਦੋ ਰਕਾਤ ਨਮਾਜ਼ ਪੜ ਕੇ ਵੀ ਖਾ ਸਜਦੇ ਝੂਠੀ ਨੀ ਕਿਵੇਂ ਆਖੇ ਮੈਂ ਪਤਾ ਕਰਨਾ ਭਰਾਵਾ ਮੋਈ ਬਾਜ਼ਾਰ ਝੂਠੀ ਦੀ ਕਿਵੇਂ ਆਈ ਜੀ 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 ਬਾਬਾ ਬੈਠ ਕੇ ਬਜ਼ੁਰਗਾ ਬੈਠ ਕੇ ਬਜ਼ੁਰਗ ਹੋ ਤੁਸੀਂ ਉੱਠ ਹੀ ਨਹੀਂ ਸਕਦੇ ਬੈਠ ਕੇ ਰਹੋ ਬਿਸਮਿਲਲਾ ਬਿਸਮਿਲਲਾ ਬੈਠ ਕੇ ਬਾਬਾ ਜੀ ਉਹ ਅੱਲਾ ਬਾਬਾ ਜੀ ਦਾ ਤੁਮਨੇ ਜ਼ਾਕਰੀ ਸੁਣਦਾ ਹੈ ਤੂੰ ਤਾਂ ਘੰਟੇ ਘੰਟੇ ਦਾ ਮਸਾਇਬ ਸੁਣ ਕੇ ਰੋਣਾ ਪਹਿਲਾ ਰੋਵਣ ਵਾਲਾ ਜ਼ਮਾਨੇ ਤੇ ਗੁਜ਼ਰਿਆ ਹੈ ਜੇ ਸਾਰੀ ਜ਼ਿੰਦਗੀ ਇੱਕੋ ਨਾਚ ਆਇਆ ਹੈ ਤੇ ਰੁਣਨਾ 40 ਸਾਲ ਹੈ ਤੇਰਾ ਮੁਹਰਮ ਦੀ ਰਾਤ ਅਬਲ ਹਾਰਸ ਪਾਰਾ ਦੇਵਣ ਆਇਆ ਮੇਰੇ ਇਮਾਮ ਦੀ ਅਕਲ ਆਈ ਅਬਲ ਹਾਰਸ ਟੁਰ ਵੰਗ ਮੇਰੀ ਭੈਣ ਪਦ ਕਦੀ ਨਹੀਂ ਕੀਤੇ ਵੰਜ ਵੇਖਾ ਹੱਥ ਜਰੂਰ ਹੋਇਆ ਪੜਦੀ ਕਿਵੇਂ ਵਧੀ ਹੈ ਜੇ ਔਖੀ ਹੋਵੇ ਮੇਰੀ ਭੈਣ ਤੂੰ ਇਜਾਜ਼ਤ ਲਾਏ ਕਿ ਮੇਰੀ ਭੈਣ ਦਾ ਦੁਸ਼ਮਣ ਮੁਕਾ ਛੋੜੇ ਅਬੁਲਾਰੇ ਸਾਦਾ ਜਿਲੇ ਮੈਂ ਪਹੁੰਚਾ
शादी पड़ी बैठी आई आदि आई अल्लाह गवार बिरा न होवे वत भैन न होवे अबला रे सादा बीबी तेरे बिरा दा शेरा इजाजत दे मैं तेरे दुश्मन मुकावा जख्मी अली दी थी उठी किया दिया कै घले आई तेरे बिरा घले बीबी आदि वापस तुर मन कर बला दे बादशाह नु आख तेरा शेर लड़ावा मेरा त्रै दिहाड़े कनाद दे बारू रो रो के आदाई मैनू एक हमला तकरण दे मेरा शेर हाथ मले दा टर गया है जदन आदाई मैनू हमला करण दे तू बाजार ना वैसे